তুলে মাঝে মোতরিয়ে ভাই খুব বিনা লাগে ਬਾਜਰੀ ਮਿੰਨ ਦੇ ਪੈਨ ਨਾ ਕੀ ਦੱਸਿਆ ਨੇ ਇਹ ਹੁਣ ਜਲੀ ਤੁਨ ਚੁਵਾਈ ਨਾ ਦੀ ਵਿਖਾਈਨੇ ਅੱਗਾ ਜਾ ਤੇ ਵੇਖ ਲੋ ਵੀ ਚੁਵੀ ਗਏ ਹੋ ਚੁਵਾਈ ਰਹਿਮਾਨ ਰਹੀਮ ਅਸਲਾਮ ਅਲੈਕਮ ਤੁਸੀਂ ਦੇਖ ਰਹੇ ਹੋ ਸਾਡਾ YouTube ਚੈਨਲ ਪੰਜਾਬੀ ਭਾਈ ਪੀ ਕੇ ਪੰਜਾਬੀ ਭਾਈ ਪੀ ਕੇ ਤੇ ਮੈਂ ਅਦਨਾਨ ਸ਼ੌਕਤ ਇਹ ਭਾਈ ਮੇਰੇ ਨਾਲ ਅਸਗਰ ਭਾਈ ਤੇ ਅੱਜ ਤੁਸੀਂ ਸਾਨੂੰ ਕਿਸ ਦੇ ਬਾਰੇ ਦੱਸਣਾ ਮੈਂ ਤੁਹਾਨੂੰ ਸਰ ਜਾਨਵਰਾਂ ਦੇ ਬਾਰੇ ਦੱਸਣਾ ਹੈ ਮੱਝੀ ਗਾਈ ਦੇ ਬਾਰੇ ਦੱਸਣਾ ਹੈ ਅਸਾਂ ਇਹ ਸ਼ੌਕ ਕੀਤਾ ਹੋਇਆ ਛੋਟਾ ਜਿਹਾ ਬਿਲਕੁਲ ਸੈਟਅਪ ਬਣਾਇਆ ਹੋਇਆ ਉਹਦੇ ਬਾਰੇ ਤੁਹਾਨੂੰ ਅਗਾਈ ਦੇਣੀ ਹੈ ਅਗਾਈ ਕੀ ਦੇਣੀ ਹੈ ਭਾਈ ਇਹ ਗਾਈਆਂ ਨੇ ਮੱਝੀਆਂ ਨੇ ਇਹਨਾਂ ਨੂੰ ਕੀ ਖਵਾਉਂਦੇ ਹੋ ਕਿੰਨਾ ਦੁੱਧ ਵੇਚਦੇ ਹੋ ਤੇ ਚੱਡਾ ਕਰਨ ਵਾਸਤੇ ਕੀ ਸ਼ਾ ਦਿੰਦੇ ਹੋ ਇਹ ਚੀਜ਼ ਦੱਸੋ ਕੋਈ ਹੋਰ ਚੀਜ਼ ਦੱਸੋ ਇਹ ਬਿਲਕੁਲ ਹਰ ਤਰ੍ਹਾਂ ਦੀ ਜਿਹੜੀ ਵੀਰਾਂ ਦੇ ਬਾਰੇ ਇਨਫੋਰਮੇਸ਼ਨ ਹੋਈ ਭਾਈ ਜਾਨੋਂ ਤੁਹਾਨੂੰ ਦੱਸਾਂਗੇ ਆਓ ਚੱਲ ਵੀਰਵਾਰ ਤਾਂ ਸਾਂ ਪਹੁੰਚੇ ਆ ਚੌਧਰੀ ਸਾਹਿਬ ਕੋਲ ਚੌਧਰੀ ਸਾਹਿਬ ਹੁਣ ਸਾਨੂੰ ਦੱਸੇ ਸਨ ਪਹਿਲਾਂ ਤਾਂ ਤੁਸੀਂ ਥੋੜਾ ਇਹਨਾਂ ਦਾ ਫਾਰਮ ਵਿਜ਼ਿਟ ਕਰ ਲਓ ਨਾ ਇਹਦੀ ਲੋਕੇਸ਼ਨ ਹੈ ਫਾਰਮ ਦੀ ਲੋਕੇਸ਼ਨ ਹੀ ਨੇ ਕਾਂ ਸੋਈ ਖਲੀ ਚੌਧਰੀ ਮੁਸਤਫਾ ਜੱਟ ਕੀ ਹਾਲ ਹੈ ਪੁੱਤਰ ਕੀ ਹਾਲ ਹੈ ਕੌਨ ਸੀ ਕਲਾਸ ਮੈਂ ਪੜ੍ਹਤੇ ਆਪ ਜੀ ਪੀ ਜੀ ਉਹ ਕੌਨ ਸੀ ਹੋਤੀ ਹੈ ਪਲੇ ਗਰੁੱਪ ਆਪ ਤੋ ਬਹੁਤ ਪੜ੍ਹੇ ਹੈ ਅਭੀ ਪਲੇ ਗਰੁੱਪ ਮੈਂ ਪੜ੍ਹਤੇ ਨਹੀਂ ਤਿੰਨ ਸਾਲ ਕਾ ਇਹ ਤਾਂ ਤਕਰੀਬਨ ਪੰਜ ਸਾਲ ਕਾ ਹਾਂਜੀ ਵੇਵਰ ਤੋ ਇਹ ਆਦਮੀ ਜੋ ਖੜੇ ਕਿਆ ਨਾਮ ਹੈ ਪੀ ਰਮਜਰ ਸ਼ਾਹ ਇਹ ਇਹਨਾਂ ਦੇ ਮਾਲਾਂ ਦਾ ਯਾਨੀ ਕਿ ਕੰਮ ਧੰਦਾ ਇਹ ਕਰਦੇ ਨੇ ਤੇਰਾ ਨਾਂ ਕੀ ਹੈ ਆਬਿਦ ਹਾਂਜੀ ਵੇਵਰ ਤਾਂ ਅਸਾਂ ਫਿਰ ਚੌਧਰੀ ਸਾਹਿਬ ਕੋਲ ਪਹੁੰਚ ਹਾਂਜੀ ਚੌਧਰੀ ਸਾਹਿਬ ਸੁਣਾਓ ਬਈ ਦੱਸੋ ਸਾਨੂੰ ਇਹ ਸੰਗਤ ਵੀ ਲਾਗ ਬਣਦਾ ਪਿਆ ਨੀ ਮਾਸ ਹੀ ਨਹੀਂ ਪੜ ਸਕੀ ਹੁਣ ਹਾਂਜੀ ਚੌਧਰੀ ਸਾਹਿਬ ਹੁਣ ਸਾਨੂੰ ਦੱਸੋ ਅੱਛਾ ਜੀ ਸਰ ਮੁਖਤਲਿਫ ਕਿਸਮ ਦੇ ਸਾਡੇ ਕੋਲ ਜਾਨਵਰ ਹਨ ਸਰ ਅੱਛਾ ਇਹ ਮੱਝੀ ਹਨ ਇਹ ਗਾਈ ਹਨ ਇਹ ਹੁਣ ਆਸਟ੍ਰੇਲੀਆ ਤੇ ਇੱਕ ਹਾਫ ਮਿੱਥੇ ਪਿਆ ਜੀ ਇਹ ਸਾਹਮਣੇ ਜੀ ਆ ਪਰੋਂ ਨਾਲ ਉਹ ਖੜੀ ਹੈ ਆਪਣਾ ਚੋਲਿਸਤਾਨੀ ਹੈ ਪਰੋਂ ਨਾਲ ਆਸਟ੍ਰੇਲੀਆ ਉਹ ਖੜੀ ਹੈ ਸਾਈ ਵਾਲਣ ਇਹ ਮੁਖਤਲਿਫ ਤਰ੍ਹਾਂ ਦੀਆਂ ਹਨ ਪਈਆਂ ਅੱਛਾ ਚੌਧਰੀ ਸਾਹਿਬ ਤੁਸੀਂ ਸਾਨੂੰ ਇਹ ਦੱਸੋ ਬਈ ਮੈਂ ਇਹ ਤਾਂ ਵੇਖ ਰਿਹਾ ਮਾਸ਼ਾਅੱਲਾ ਜਿਹੜਾ ਨਾ ਜਾਨਵਰ ਤੁਹਾਡਾ ਮੋਟੇ ਖਲੋਤੇ ਨੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਤੇ ਤੁਸੀਂ ਪਹਿਲਾਂ ਦੱਸੋ ਬਈ ਇਹਨਾਂ ਨੂੰ ਖਵਾਈਂਦੇ ਕਿਸ ਹੋਏ ਇਤਨੇ ਜਾਨਵਰ ਮੋਟੇ ਮੈਂ ਤਾਂ ਜਦੋਂ ਦੇ ਵਿਲਾਗ ਬਣਾਉਣ ਲੱਗਾ ਇੱਕ ਐਸਾ ਕੋਈ ਚੀਜ਼ ਨਹੀਂ ਵੇਖੀ ਜਿਹੜੀ ਇਤਨੀ ਮੋਟੀ ਹੋਵੇ ਯਾਨੀ ਕਿ ਬੜੇ ਸਾਰੇ ਗਈਆਂ ਇਹਨਾਂ ਨੂੰ ਖਵਾਈਂਦੇ ਕਿਸ ਹੋਏ ਸਾਨੂੰ ਦੱਸੋ ਅਸਾਂ ਪਹਿਲੇ ਤਾਂ ਸਾਡੇ ਸਹਿਲਜ ਇਹਨਾਂ ਨੂੰ ਇਸਤੇਮਾਲ ਕਰਾਈਦਾ ਅੱਛਾ ਸਹਿਲਜ ਬੜਾ ਫਾਇਦਾ ਹੁੰਦਾ ਉਹਦਾ ਮੋਟ ਵੀ ਬੜਾ ਮੋਟਾ ਹੁੰਦਾ ਦੁੱਧ ਦੀ ਪੈਦਾਵਾਰ ਵੀ ਬੜੀ ਖੁੱਲ੍ਹ ਕੇ ਆਉਂਦੀ ਹੈ ਨਾਲ ਫਿਰ ਅਸਾਂ ਵੰਡਾ ਇਸਤੇਮਾਲ ਕਰ ਲੈਂਦੇ ਹਾਂ ਨਾਲ ਵਿੱਚ ਚਾਰਾ ਜਿਵੇਂ ਹੋ ਗਿਆ ਬਰਸੀਮੀ ਮੇ ਹੁਣ ਇਸ ਤਰ੍ਹਾਂ ਅੱਜ ਕੱਲ੍ਹ ਉਸ ਤੋਂ ਬਾਅਦ ਜਵਾਰ ਆ ਰਹੀ ਹੈ ਜੋ ਜਵੀ ਆ ਰਹੀ ਹੈ ਉਹ ਇਸਤੇਮਾਲ ਕਰੀਦੀ ਉਹਦੇ ਨਾਲ ਇਹਨਾਂ ਦੀ ਮਾਸ਼ਾਅੱਲਾ ਸਿਹਤ ਵੀ ਬੜੀ ਬਿਹਤਰੀਨ ਰਹਿੰਦੀ ਹੈ ਅਤੇ ਔਰ ਦੁੱਧ ਦੀ ਪੈਦਾਵਾਰ ਵੀ ਇਹਨਾਂ ਦੀ ਬੜੀ ਚਲੋ ਸਾਨੂੰ ਥੋੜ੍ਹੇ ਜਿਹੇ ਜਾਨਵਰ ਵੀ ਖਾਓ ਨਾ ਹਾਂਜੀ ਇਹ ਖਲੋਤੀ ਹੈ ਰਾਵੀ ਦੀ ਨੀਲੀ ਮੱਝ ਜੋੜ ਤਵੀ ਹੋਰ ਵੇਖ ਲਓ ਇਹ ਖਲੋਤੀ ਹੈ ਗਾਂ ਇਹ ਕਿਹੜੀ ਹੈ ਜੀ ਆਸਟ੍ਰੇਲੀਆ ਦੇ ਵਿੱਚ ਕਰਾਸ ਖਲੋਤੀ ਇਹ ਚੋਲਿਸਤਾਨੀ ਨੇ ਇਹ ਪੇਵਰ ਚੋਲਿਸਤਾਨੀ ਇਹ ਚੈੱਕ ਕਰੋ ਅਤੇ ਇਹ ਸਾਹੀਵਾਲ ਜਿਹੜੀ ਇੱਥੇ ਸਾਡੇ ਕੋਲ ਚੱਲਦੀਆਂ ਤੇ ਚੌਧਰੀ ਸਾਹਿਬ ਆਹ ਤੁਸੀਂ ਕੀ ਕੀਤਾ ਆ ਨਿੱਕੇ ਨਿੱਕੇ ਬੱਚੇ ਇਹ ਸਰਗੁਣੋਂ ਦੇ ਫਲ ਨਹੀਂ ਵੀ ਚੋਲਿਸਤਾਨੀ ਨਸਲ ਹੈ ਨਹੀਂ ਇਹ ਫਲ ਇਹਨਾਂ ਦੇ ਨਹੀਂ ਇਹ ਮੁੱਲ ਹੈ ਦੇਖ ਲੈ ਇਹਨਾਂ ਦੇ ਫਲ ਨਹੀਂ ਨਾ ਦੇ ਇਹ ਦੇਖ ਲਓ ਹੁਣ ਤੁਸੀਂ ਵੇਖੋ ਅਗਰ ਮਾਂ ਆਪਣਾ ਸਿਹਤਮੰਦ ਤੇ ਕੋਈ ਵੇਖੋ ਬੱਚੇ ਮਾਸ਼ਾਅੱਲਾ ਕਿਡੇ ਸਿਹਤਮੰਦ ਨੇ ਉਹਨਾਂ ਦੇ ਮਾਸ਼ਾਅੱਲਾ ਤੇ ਆਹ ਜਿਹੜੇ ਖਲੋਤੇ ਨੇ ਇਹ ਵੇਚ ਛੋੜਨ ਨੂੰ ਕੁਰਬਾਨੀ ਤੇ ਜਾ ਇਹ ਵੱਟੂ ਨਸਲ ਦਾ ਇਹ ਸਾਹੀਵਾਲ ਨਸਲ ਦਾ ਅੱਛਾ ਵੱਟੂ ਨਸਲ ਦਾ ਇਹ ਸਾਹੀਵਾਲ ਨਹੀਂ ਇਹ ਕੁਰਬਾਨੀ ਤੇ ਖੜਕਾ ਦੱਸੋ ਜਾਂ ਰੱਖੋ ਜੀ ਸਰ ਫਿਲਹਾਲ ਇਰਾਦਾ ਤੇ ਇਹਨਾਂ ਕੁਰਬਾਨੀ ਵਾਸਤੇ ਰੱਖੇ ਹੋਏ ਨੇ ਤੇ ਲੇਕਿਨ ਇਹ ਫਿਲਹਾਲ ਸਾਡੇ ਕੰਮ ਹੀ ਆਉਂਦੇ ਨੇ ਪੱਠੇ ਛੱਟੇ ਟੋਣ ਵਾਸਤੇ ਰੇੜੀ ਤੇ ਇਸਤੇਮਾਲ ਕਰੀਂਦੇ ਨੇ ਤੇ ਆਹ ਤਾਂ ਐਵੇਂ ਕੋਈ ਦੇਸੜੀ ਜਿਹੀ ਲੱਗਦੀ ਹੈ ਕੰਮ ਇਹ ਕਰਾ ਜੋ ਆਪਣੇ ਇਲਾਕਾ ਹੀ ਜਿਵੇਂ ਆਉਂਦੀਆਂ ਨੇ ਇਹ ਉਹ ਵਾਲੀ ਹੈ ਅੱਛਾ ਵੇਖ ਬਸ ਇਹ ਮੱਝੀ ਵੀ ਇਹਨਾਂ ਰੱਖੀਆਂ ਹਨ ਬੜੀ ਖੂਬਸੂਰਤ ਇਹ ਸਰ ਰਾਵੀ ਆਪਣੀ ਨਸਲ ਨੀਲੀ ਰਾਵੀ ਦੀ ਮੱਝ ਜਿਹੜੀ ਅੱਛਾ ਇਹ ਵਾਲੀ ਨੀਲੀ ਹੋ ਗਈ ਤੇ ਜਿਹੜੀ ਇਹ ਖਲੋਤੀ ਹੈ ਤੇ ਇਸ ਕੋਈ ਹੋਰ ਕਲ ਨਸਲ ਲੱਗਦੀ ਇਹ ਸਰ ਇਹ ਵੀ ਹੈ ਇਥੋਂ ਆਪਣੇ ਇਲਾਕਾ ਹੀ ਜਿਹੜੀ ਨਸਲ ਨੇ ਇਹ ਅੱਛਾ ਵੇਖ ਬਸ ਤੁਹਾਨੂੰ ਅਗਲੀਆਂ ਇਹਨਾਂ ਦੇ ਜਾਨਵਰ ਹੋ ਰਹੀ ਹਨ ਕੋਈ ਵੀ ਕਹਿੰਦੇ ਇਹ ਹੁਣ ਮਾਰ ਕਾਪੜਾ ਵੇਖ ਲਓ ਤੁਸੀਂ ਉਹ ਕਿ ਉਹਦੇ ਨਾਲ ਬੈਠਣ ਚੁਵਾਈ ਕਰਨ ਨੂੰ ਤਿਆਰ ਹਨ ਹਾਂਜੀ ਵੇਵਰ ਤਾਂ ਇਹ ਭਾਂਡੇ ਪਹੁੰਚੇ ਹਨ ਹੁਣ ਮਾਸ਼ਾਅੱਲਾ ਜਿਹੜਾ ਨਾ ਇਹਨਾਂ ਦੀ ਚੁਵਾਈ ਸ਼ੁਰੂ ਹੁੰਦੀ ਪਈ ਹਾਂਜੀ ਇਹ ਵੇਖੋ ਤੇ ਇਹ ਭਾਈ ਹੋ ਰਹੀ ਹਨ ਆਪ ਨਾਂ ਦੱਸੋ ਭਾਈ ਆਪਣਾ ਹੁਸੈਨ ਸ਼ੌਕਤ ਹੁਸੈਨ ਸ਼ੌਕਤ ਇਹ ਹੁਣ ਵੇਖੋ ਨਾ ਚਾਦਰ ਵਗੈਰਾ ਬੰਨਦੇ ਪੈਣ ਇਹ ਹੁਣ ਤਿਆਰੀ ਕਰ ਰਹੇ ਹਨ ਵੀ ਕੱਪੜੇ ਵਗੈਰਾ ਜਿਹੜਾ ਨਾ ਖਰਾਬ ਨਾ ਹੋ ਜਾਣ ਚੁਵਾਈ ਸ਼ੁਰੂ ਕਰ ਰਹੇ ਤੇ ਤੁਹਾਨੂੰ ਚੁਵਾਈ ਵੀ ਖਾਈਨਾ ਅਸਾਂ ਹਾਂਜੀ ਵੇਵਰ ਤੇ ਤੁਹਾਨੂੰ ਪਤਾ ਵੇਖ ਲਿਆ ਇਸ ਵੱਛਾ ਛੱਛਾ ਹੀ ਕੋਈ ਛੋੜਿਆ ਤੇ ਐਵੇਂ ਜਿਹੜਾ ਨਾ ਵੰਗਾ ਮਰਿਆਂਦਾ ਪਿਆ ਆ ਅੱਛਾ ਵੇਵਰ ਤਾਂ ਇਹ ਵੇਖੋ ਯਾਰ ਇਹਦਾ ਕੀ ਵੱਛਾ ਵਗੈਰਾ
ਇਹ ਜਿਹੜੇ ਸੋਈ ਆਏ ਨਾ ਵੀਵਰਸ ਉਹ ਲੈ ਤਕਰੀਬਨ ਭਰੇ ਹੋਇਆ ਦਿੰਦੇ ਆ ਹੁਣ ਤਾਂ ਥੋੜਾ ਦਿੰਦੀ ਅਸੀਂ ਪੁੱਤਰਾ ਹਾਂਜੀ ਹੁਣ ਗਾਤੇ ਇਨਸਾਲ ਹੋ ਗਿਆ ਸੋਈ ਹੋਈ ਨੂੰ ਮਾਸ਼ਾਅੱਲਾ ਜਾ ਵੇਲਾ ਟਨ ਟਨ ਲਾਈ ਬੈਠੇ ਨੇ ਆਓ ਵੀਵਰ ਤੁਹਾਨੂੰ ਅਗਲੀ ਚੀਜ਼ਾਂ ਵੀ ਖਾਈ ਹਾਂਜੀ ਤੇ ਦੂਸਰੀ ਇਹ ਭਾਈ ਹੋਰੀ ਚੋਰ ਹਨ ਮਾਸ਼ਾਅੱਲਾ ਗਾ ਐਵੇਂ ਮੰਗਾ ਮਰਿਆ ਤਾਂ ਨਾ ਹੱਥ ਬਹਿ ਜਾਂਦੇ ਨੇ ਸਾਡੀਆਂ ਜਿਹੜੀਆਂ ਗਾਈਆਂ ਨੂੰ ਉਹ ਸਾਨੂੰ ਲੱਤਾਂ ਮਾਰ ਮਾਰ ਤੇ ਮਾਰ ਕੇ ਦਿੰਦੀ ਇੱਕ ਗਾਂ ਹੁਣ ਸੋਈ ਖਲੀ ਆ ਉਹ ਵੀ ਖਾਈ ਹਾਂਜੀ ਵੇਵਰ ਤੇ ਇਹ ਗਾਂ ਹੁਣ ਮਾਸ਼ਾਅੱਲਾ ਸੋਈ ਹੈ ਇਹਨਾਂ ਦੀ ਇੱਥੇ ਫਲ ਦੀ ਬੜੀ ਪਿਆਰੀ ਹੈ ਫਲ ਲਾਲ ਤਾਂ ਕਰੇ ਤੇ ਫਲ ਲੈ ਦਖਲੋਤਾ ਇਹ ਇਹ ਕਿਤਨੇ ਦਿਨ ਦੀ ਸੋਈ ਹੈ ਹਫ਼ਤਾ ਹੋ ਗਿਆ ਤੇ ਫਲ ਦੀ ਬੜੀ ਪਿਆਰੀ ਫਲ ਦੀ ਤਾਂ ਕੀਤੀ ਖਲੋਤੀ ਹੈ ਇਹਦੇ ਨਾਲ ਹੀ ਤੁਸੀਂ ਦਿਓ ਮੈਨੂੰ ਇਜਾਜ਼ਤ ਇਨਸ਼ਾਅੱਲਾ ਮਿਲਨੇ ਅਗਲੇ ਵਲੌਗ ਦੇ ਨਾਲ ਤੇ ਇਹ ਕਿਹੜੀ ਇਹ ਇਸ ਨਾ ਕੇ ਆਪਣੇ ਸਾਹਿਵਾਲ ਵੱਟੂ ਵਾਲੇ ਹਾਂਜੀ ਵੀਵਰ ਐਸਾ ਲੱਗੇ ਖੋੜ ਬਾਤ ਇਹ ਚੈੱਕ ਕਰ ਲੋ ਤੇ ਇਹ ਫਾਰਮ ਬੜਾ ਕੁ ਚੌਧਰੀ ਤੇ ਕਿੰਨੀ ਮਾਸ਼ਾਅੱਲਾ ਹੋ ਜਾਂਦੀ ਹੈ ਦੀ ਇਨਕਮ ਮਾਸ਼ਾਅੱਲਾ ਕਾਫੀ ਹੋ ਜਾਂਦੀ ਹੈ ਜੀ ਅੱਛਾ ਕਹਿੰਦੇ ਪਿਓ ਜੀ ਮੈਂ ਕਿਹਾ ਜੀ ਇਹ ਭਾਈ ਸਾਹਿਬ ਜੀ ਮੈਂ ਕਰੋ ਦੋ ਦਮਾਸ਼ਾ ਰੇਟ ਪਾਉਂ 1.5-2 ਲੱਖ ਦਾ ਮਹੀਨੇ ਦਾ ਜਾਂ ਦੋ ਮਾਸ਼ਾਅੱਲਾ ਹਾਂਜੀ ਵੀਰ ਤੇ ਨਾਲ ਹੀ ਤੁਸੀਂ ਦਿਓ ਮੈਨੂੰ ਇਜਾਜ਼ਤ ਤਾਂ ਇਨਸ਼ਾਅੱਲਾ ਮਿਲਨੇ ਅਗਲੇ ਵਲੌਗ ਤੇ